ਡੈੱਡ ਬਾਡੀ ਜਿਹੜੀ ਆ ਉਹ ਰਿਸੀਵ ਕੀਤੀ ਹੈ। ਉਹ ਪੁਲਿਸ ਪਾਰਟੀ ਅਤੇ ਸ਼੍ਰੀਨਗਰ ਤੋਂ ਜਵਾਨ ਆਏ ਸੀਗੇ, ਉਹਨਾਂ ਦੇ ਪਰਿਵਾਰ ਦੇ ਹੈਂਡਓਵਰ ਕੀਤੀ ਗਈ ਆ। ਇਹ ਅੰਮ੍ਰਿਤਪਾਲ ਸੀ, ਕਾਰਪੈਂਟਰ ਸੀਗਾ, ਇਹਦਾ ਦੋਸਤ ਸੀਗਾ, ਉਹਨੂੰ ਨਾਲ ਲੈ ਕੇ ਗਿਆ ਸੀਗਾ ਅਤੇ ਕੱਲ੍ਹ ਹੀ ਇਨਫੋਰਮੇਸ਼ਨ ਮਿਲੀ ਕਿ ਦੋਵਾਂ ਮਿਲੀਟੈਂਟਸ ਨੇ ਸ਼ੂਟ ਕਰ ਦਿੱਤਾ। ਪਰਿਵਾਰ ਦੇ ਵਾਲੇ ਜਿਹੜੀ ਆ ਉਹ ਡੈੱਡ ਬਾਡੀ ਕੀਤੀ ਗਈ ਆ, ਉਹ ਆਪਣੀ ਇੱਛਾ ਦੇ ਅਨੁਸਾਰ ਸਮੇਂ ਅਨੁਸਾਰ ਜਿਹੜਾ ਉਹਦਾ ਸੰਸਕਾਰ ਕਰਨਗੇ। ਬੜੇ ਅਫਸੋਸ ਦੀ ਗੱਲ ਹੈ ਜੀ, ਸਾਡੇ ਅੰਮ੍ਰਿਤਸਰ ਡਿਸਟ੍ਰਿਕਟ 'ਚੋਂ ਅਜਨਾਲਾ ਤਹਿਸੀਲ ਦੇ ਚਮਿਆਰੀ ਪਿੰਡ ਤੋਂ ਅੰਮ੍ਰਿਤਪਾਲ, ਇਹ ਮੁੰਡਾ ਇੱਥੇ ਆਪਣੇ ਜੰਮੂ ਕਸ਼ਮੀਰ ਦੇ ਵਿੱਚ ਕਾਰਪੈਂਟਰ ਦਾ ਕੰਮ ਕਰਦਾ ਸੀ, ਉੱਥੇ ਗਏ ਸੀ ਅਤੇ ਉੱਥੇ ਇਹਨਾਂ 'ਤੇ ਅਟੈਕ ਹੋਇਆ, ਟੈਰਿਸਟ ਅਟੈਕ। ਅਤੇ ਟੈਰਿਸਟ ਅਟੈਕ ਦੇ ਬਾਅਦ ਇਹਨਾਂ ਦੀ ਹੋਸਪਿਟਲ 'ਚ ਇਹਨੂੰ ਲਿਆਂਦਾ ਗਿਆ, ਉੱਥੇ ਇਹਦੀ ਡੈੱਥ ਹੋ ਚੁੱਕੀ ਸੀ। ਉਸ ਤੋਂ ਬਾਅਦ ਇਹਨਾਂ ਦਾ ਹੁਣ ਜਿਹੜਾ ਹੈਗਾ ਪੋਸਟਮਾਰਟਮ ਤੋਂ ਬਾਅਦ ਜਿਹੜੀ ਡੈੱਡ ਬੋਡੀ ਹੈ ਉਹ ਪਿੰਡ 'ਚ ਮਿਆਰੀ ਇੱਥੇ ਪਹੁੰਚ ਚੁੱਕੀ ਹੈ ਅਤੇ ਸੰਸਕਾਰ ਦੀ ਤਿਆਰੀ ਹੋ ਰਹੀ ਹੈ। ਰਕਮ ਭੇਜੀ ਹੈ ਉਹ 50,000 ਕੈਸ਼ ਹੈ ਔਰ ਉਸਕੇ ਇਲਾਵਾ 1,00,000 ਚੈੱਕ ਹੈ, 1,00,000 ਕਾ ਚੈੱਕ ਹੈ ਜੀ। ਅੰਮ੍ਰਿਤਪਾਲ ਕੀ ਹੈਂਡ ਓਵਰ ਕਰਦੀ ਹੈ ਤੋ ਅਭੀ ਉਨਕੋ ਵਹਾਂ ਮੇਰੀ ਐਸ ਪੀ ਸਾਹਿਬ ਸੇ ਬਾਤ ਹੋਈ ਥੀ, ਵੋ ਅਭੀ ਫਾਰਮੈਲਿਟੀਜ਼ ਉਨਕੀ ਜੋ ਲੀਗਲ ਫਾਰਮੈਲਿਟੀਜ਼ ਹੈ ਵੋ ਚੱਲ ਰਹੀ ਹੈ ਤੋ ਥੋੜ੍ਹੀ ਦੇਰ ਮੇਂ ਉਸਕੋ ਵੀ ਰਵਾਨਾ ਕਰ ਦੇਂਗੇ।